ਮਜ਼ਬਾ ਤੋਂ ਉੱਠ ਕੇ ਵੀ ਪਿਆਰ ਕੀਤਾ ਜਾ ਸਕਦਾ ਹੈ। ਆਪਣੇ ਉੱਧਰ ਵੀ ਬਹੁਤ ਵਧੀਆ ਆਰਟਿਸਟ ਨੇ, ਉੱਧਰ ਵੀ ਸਾਰਾ ਕੁਝ ਵਧੀਆ, ਕਿ ਕਿਉਂ ਨਾ ਆਪਾਂ ਉੱਧਰ ਕੋਈ ਦੇਖਿਆ ਜਾਵੇ ਤਾਂ ਕਿ ਉਹ ਨਾ ਔਥੈਂਟਿਸਿਟੀ ਬਣੀ ਰਹੇ ਕਰੈਕਟਰ ਦੀ, ਫਿਲਮ ਦੀ। ਅਤੇ ਬਸ ਉਹੀ ਫਿਰ ਅਸੀਂ ਰਡਾਰ ਘੁਮਾਇਆ ਅਤੇ ਇਮਰਾਨ ਦਾ ਨਾਮ ਨਿਕਲ ਕੇ ਆਇਆ। ਯੂਕੇ ਵਰਗੀ ਕੰਟਰੀ ਹੈ ਜਿੱਥੇ ਉੱਥੇ ਇਹ ਬਾਉਂਡਰੀਜ਼ ਨਹੀਂ ਮਾਇਨੇ ਰੱਖਦੀਆਂ। ਸਾਡੇ ਨਾਲ ਤੁਸੀਂ ਵੇਖ ਰਹੇ ਹੋ ਫੀਮੇਲਸ ਵੀ ਨੇ, ਉਹ ਵੀ ਐਕਟਿਵਲੀ ਹੀ ਪ੍ਰੋਡਕਸ਼ਨ ਦਾ ਹਿੱਸਾ ਨੇ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਲਵਲੀਨ ਅਤੇ ਤੁਸੀਂ ਦੇਖ ਰਹੇ ਹੋ ਫਾਈਵ ਬੂਟ। ਪਿਆਰ ਇਸ਼ਕ ਮੁਹੱਬਤ ਦਾ ਮਹੀਨਾ ਚੱਲ ਰਿਹਾ ਅਤੇ ਇਹਦੇ ਵਿੱਚ ਅਗਰ ਲਵ ਸਟੋਰੀ ਦੇਖਣ ਨੂੰ ਮਿਲ ਜੇ ਨਾ ਤਾਂ ਹੋਰ ਵੀ ਜ਼ਿਆਦਾ ਸਵਾਦ ਆ ਜਾਏਗਾ। ਅਤੇ ਜੇ ਦੋਸਤੋ ਜੀਵੇ ਸੋਹਣਿਆਂ ਜੀ ਰਿਲੀਜ਼ ਹੋ ਗਈ ਹੈ ਸਿਨੇਮਾਸ ਦੇ ਵਿੱਚ ਅਤੇ ਅਸੀਂ ਆ ਪਹੁੰਚੇ ਇਸ ਫਿਲਮ ਦੇ ਪ੍ਰੀਮੀਅਰ ਦੇ ਵਿੱਚ। ਲੈਟਸ ਸੀ ਦਰਸ਼ਕਾਂ ਨੂੰ ਇਹ ਫਿਲਮ ਕਿਹੋ ਜਿਹੀ ਲੱਗਦੀ ਹੈ, ਅਸੀਂ ਤੁਹਾਡੇ ਨਾਲ ਵੀ ਰਿਵਿਊ ਸ਼ੇਅਰ ਕਰਾਂਗੇ। ਆਓ ਚੱਲਦੇ ਹਾਂ। ਤੁਹਾਡੇ ਸਾਰਿਆਂ ਦਾ ਆਇਆਂ ਦਾ ਅਸੀਂ ਦਿਲੋਂ ਤੋਂ ਸ਼ੁਕਰਾਨਾ ਕਰਦੇ ਹਾਂ, ਕਿਉਂਕਿ ਤੁਸੀਂ ਇੱਕ ਬਹੁਤ ਵੱਡਾ ਮੀਡੀਅਮ ਹੋ ਸਾਡੀ ਫਿਲਮ ਨੂੰ ਘਰ ਘਰ ਪਹੁੰਚਾਉਣ ਦਾ। ਔਰ ਦੂਸਰੀ ਗੱਲ, ਜਦੋਂ ਫਿਲਮ ਅਸੀਂ ਇੱਕ ਮੀਨਿੰਗਫੁੱਲ ਫਿਲਮ ਬਣਦੀ ਹੈ ਜਿਹਦੇ 'ਤੇ ਮੈਸੇਜ ਹੋਵੇ ਜਾਂ ਜਿਹੜੀ ਇੱਕ ਸਮਾਜ ਨੂੰ ਸੇਧ ਦਿੰਦੀ ਹੋਵੇ ਜਾਂ ਕੋਈ ਸਮਾਜ ਦਾ ਦਰਦ ਦਰਸਾਉਂਦੀ ਹੋਵੇ, ਉਹ ਫਿਰ ਹੋਰ ਵੀ ਇੰਪੋਰਟੈਂਟ ਹੋ ਜਾਂਦੀ ਹੈ। ਅਤੇ ਸਾਨੂੰ ਲੱਗਦਾ ਵੀ ਅਸੀਂ ਇਹ ਕੋਸ਼ਿਸ਼ ਕੀਤੀ ਹੈ ਕਿ ਕ੍ਰੋਸ ਬਾਰਡਰ ਲਵ ਸਟੋਰੀ ਬਣਾਉਣ ਦਾ ਇੱਕ ਮੋਟਿਵ ਇਹ ਸੀ ਕਿ ਸਭ ਦੇ ਦਿਲ 'ਚ ਤਾਂਘ ਹੁੰਦੀ ਹੈ ਜਾਣ ਦੀ, ਉਹ ਕਿਸੇ ਨਾ ਕਿਸੇ ਤਰੀਕੇ ਨਾਲ ਈਜ਼ੀ ਹੋ ਜਾਈਏ, ਮੈਸੇਜ ਪਹੁੰਚਾ ਦਈਏ ਦੋਨਾਂ ਗੌਰਮੈਂਟਾਂ ਨੂੰ ਵੀ ਚਾਹੁੰਦੇ ਹਾਂ ਅਸੀਂ, ਔਰ ਮਜ਼ਬਾ ਤੋਂ ਉੱਠ ਕੇ ਵੀ ਪਿਆਰ ਕੀਤਾ ਜਾ ਸਕਦਾ ਹੈ। ਆਪਣੇ ਘਰਾਂ ਦੇ ਵਿੱਚ ਅਸੀਂ ਇੱਕ ਲਿਮਿਟੇਸ਼ਨਸ ਦੇ ਨਾਲ ਜੀਂਦੇ ਹਾਂ, ਉਹ ਲਿਮਿਟੇਸ਼ਨ ਵੀ ਹਟਾਈ ਜਾ ਸਕਦੀ ਹੈ ਆਉਣ ਵਾਲੇ ਸਮੇਂ 'ਚ। ਅਗੇਨ ਪਰਮਾਤਮਾ ਨੇ ਬੋਡੀ ਸਾਰਿਆਂ ਦੀ ਇੱਕੋ ਜਿਹੀ ਬਣਾਈ ਹੈ, ਦਿਲ ਇੱਧਰ ਵੀ ਹੈਗਾ ਅਤੇ ਦਿਲ ਉੱਧਰ ਵੀ ਹੈਗਾ, ਚਾਹੇ ਉਹ ਲਹਿੰਦਾ ਹੋਵੇ ਅਤੇ ਚਾਹੇ ਚੜ੍ਹਦਾ ਹੋਵੇ, ਪਰ ਜਿਹੜਾ ਸਭ ਤੋਂ ਮੋਸਟ ਇੰਪੋਰਟੈਂਟ ਚੀਜ਼ ਹੈ ਸਾਡੀ ਫਿਲਮ ਬਣਾ ਕੇ ਤੁਹਾਡੇ ਤੱਕ ਪਹੁੰਚਾਉਣ ਵਾਸਤੇ ਜਿਹੜੇ ਸਾਡੇ ਡਿਸਟ੍ਰੀਬਿਊਟਰ ਸਾਹਿਬ ਨੇ, ਮਨੀਸ਼ ਭਾਅ ਜੀ, ਓਮ ਜੀ ਗਰੁੱਪ, ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਤੁਸੀਂ ਬਾ ਕਮਾਲ ਪ੍ਰੋਡਕਟ ਬਣਾ ਦਿਓ, ਪਰ ਜੇ ਤੁਹਾਡੇ ਕੋਲ ਸ਼ੋਰੂਮ ਹੈ ਨਹੀਂ ਨਾ, ਉਸ ਪ੍ਰੋਡਕਟ ਦਾ ਕੋਈ ਮਤਲਬ ਨਹੀਂ। ਅਤੇ ਮੈਂ ਚਾਹੁੰਦਾ ਕਿ ਭਾਅ ਜੀ ਕੁਛ ਇਸ ਗੱਲ ਉੱਤੇ ਕਹਿਣ। ਆਓ ਭਾਅ ਜੀ। ਥੈਂਕ ਯੂ ਜੀ ਪਹਿਲੇ ਸਾਰਿਆਂ ਦਾ ਤੁਹਾਡੇ। ਸੋ ਫਿਲਮ ਆਪਾਂ ਸਾਰਿਆਂ ਨੇ ਇਕੱਠੇ ਦੇਖੀ ਹੈ, ਤਾਂ ਫਿਲਮ ਦਾ ਬੇਸਿਕ ਇੱਕ ਸਾਡਾ ਇੱਕ ਏਜੰਡਾ ਇਹ ਸੀਗਾ ਕਿ ਯਾਰ ਆਪਾਂ ਨੋਰਮਲੀ ਉਹ ਫਿਲਮਸ ਬਣਾਉਂਦੇ ਹਾਂ ਜਿਹੜੀਆਂ ਸ਼ਾਇਦ ਸਿਰਫ ਇੰਡੀਆ ਤੱਕ ਜਾਂ 4-5 ਕੰਟਰੀ ਜਿਹੜੇ ਕੈਨੇਡਾ, US, ਆਸਟ੍ਰੇਲੀਆ, ਨਿਊਜ਼ੀਲੈਂਡ 'ਚ ਰਹਿ ਜਾਂਦੇ ਨੇ। ਸੋ ਇੱਕ ਉਹ ਫਿਲਮ ਬਣਾਈ ਜਾਵੇ ਜਿਹੜੀ ਜਿਹਨੂੰ ਆਪਾਂ ਇੰਟਰਨੈਸ਼ਨਲ ਫਿਲਮ ਦਾ ਨਾਮ ਦੇ ਸਕੀਏ। ਸੋ ਪਹਿਲੀ ਵਾਰੀ ਮੇਨ ਮੇਲ ਲੀਡ ਪਾਕਿਸਤਾਨ ਤੋਂ ਹੈ, ਇੰਡੀਆ ਤੋਂ ਸਿਮੀ ਵਨ ਆਫ ਦਾ ਬੈਸਟ ਰੈਕਗਨਾਈਜ਼ ਐਕਟਰ ਹੈ। ਸੋ ਕੋਸ਼ਿਸ਼ ਇਹ ਕੀਤੀ ਕਿ ਗਲੋਬਲ ਆਡੀਅੰਸ ਲਈ ਇੱਕ ਫਿਲਮ ਬਣਾਈਏ ਔਰ ਫਿਲਮ ਦਾ ਵਾਈਬ ਉਹ ਰੱਖੀਏ ਜਿਹੜਾ ਲੋਕਾਂ ਨੂੰ ਇਹ ਲੱਗੇ ਕਿ ਯਾਰ ਹਾਂ ਇਹ ਪੰਜਾਬੀ ਸਿਨੇਮੇ ਤੋਂ ਹਟ ਕੇ ਇੱਕ ਬਹੁਤ ਡਿਫਰੈਂਟ ਫਿਲਮ ਹੈ। ਸੋ ਫਿਲਮ ਤੁਸੀਂ ਦੇਖ ਲਿਓ ਜੀ, ਆਈ ਹੋਪ ਤੁਹਾਨੂੰ ਵੀ ਬਹੁਤ ਪਸੰਦ ਆਈ ਹੋਏਗੀ। ਸੋ ਆਪਾਂ ਪਲੀਜ਼ ਥਰੂ ਤੁਹਾਡੇ ਆਪਣੀ ਪੂਰੀ ਟੀਮ ਵੱਲੋਂ ਇੱਕ ਮੈਸੇਜ ਕਨਵੇ ਕਰਨਾ ਚਾਹੁੰਦੇ ਹਾਂ ਕਿ ਫਿਲਮ ਦੇ ਰਿਵਿਊਜ਼ ਔਰ ਫਿਲਮ ਦੀ ਹਰ ਉਹ ਪੋਜ਼ਿਟਿਵ ਚੀਜ਼, ਇਵਨ ਨੈਗੇਟਿਵ ਚੀਜ਼ ਵੀ ਜਿਹੜੀ ਤੁਹਾਨੂੰ ਲੱਗੇ ਕਿ ਇਹ ਠੀਕ ਨਹੀਂ ਹੋਰ ਬੈਟਰ ਹੋ ਸਕਦੀ ਸੀ, ਪਲੀਜ਼ ਪਬਲਿਕ ਤੱਕ ਲੈ ਕੇ ਜਾਓ। ਔਰ ਅਸੀਂ ਚਾਹੁੰਦੇ ਹਾਂ ਕਿ ਫਿਲਮ ਨੂੰ ਆਪਾਂ ਸਾਰੇ ਰਲ ਕੇ ਗਲੋਬਲੀ ਇੱਕ ਸਕਸੈਸਫੁਲ ਫਿਲਮ। ਭਾਅ ਜੀ ਕਿਵੇਂ ਖੁਸ਼ ਹੋ ਤੁਸੀਂ ਜੀ ਹੁਣ ਤੁਹਾਡੀ ਤਾਰੀਫ ਹੋ ਰਹੀ ਹੈ ਤੁਹਾਡੇ ਪਿੱਛੇ ਵਿੱਚ? ਬਾਬਾ ਜੀ ਫਿਲਮ ਦੀ ਤਾਰੀਫ ਹੋਣੀ ਚਾਹੀਦੀ ਹੈ, ਫਿਲਮ ਦੀ ਜਿੰਨੀ ਤਾਰੀਫ ਹੋਊਗੀ ਮੈਂ ਆਪਣੇ ਆਪ ਖੁਸ਼ ਹੁੰਦਾ ਜਾਊਂਗਾ। ਸਾਡੀ ਟੀਮ ਹੁਣ ਕਾਫੀ ਦੇਰ ਤੋਂ ਕਾਫੀ ਸਮੇਂ ਤੋਂ ਜੁੜੀ ਹੋਈ ਹੈ ਸਾਨੀ ਸਾਹਿਬ ਦੇ ਨਾਲ, ਇੱਧਰ ਸਨੀ, ਇੱਧਰ ਅਮਿਤ ਜੀ, ਔਰ ਕਾਫੀ ਅਪਰ ਹੈਂਡ ਦਿੱਤਾ ਹੁੰਦਾ। ਸਨੀ ਗਰਾਊਂਡ ਵਰਕ ਸਾਰਾ ਕਰਦਾ, ਅਮਿਤ ਜੀ ਬਾਕੀ ਮਾਰਕੀਟਿੰਗ ਵਗੈਰਾ ਸਾਰਾ ਦੇਖਦੇ, ਸਾਨੀ ਸਾਹਿਬ ਨੇ ਸਾਰਾ ਰਿਲੀਜ਼ ਕਰਨਾ ਹੁੰਦਾ। ਸੋ ਕਦੀ ਜ਼ਿਆਦਾ ਇੱਕ ਦੂਜੇ ਨੂੰ ਜ਼ਿਆਦਾ ਕੁਐਸਚਨ ਬਾਈ ਨਹੀਂ ਕਰਦੀ, ਜੋ ਹਰੇਕ ਦਾ ਰੋਲ ਹੈਗਾ ਉਹ ਆਪਣੇ ਆਪਣਾ ਨਿਭਾਈ ਜਾਂਦਾ ਅਤੇ ਬਹੁਤ ਵਧੀਆ ਚੱਲ ਰਿਹਾ ਫਿਲਹਾਲ, ਆਡੀਅੰਸ ਐਕਸੈਪਟ ਕਰ ਰਹੀ ਹੈ, ਪਰਿਵਾਰਕ ਫਿਲਮਾਂ ਬਣਾ ਰਹੇ ਹਾਂ ਔਰ ਇੱਦਾਂ ਮਾਲਕ ਸੁੱਖ ਰੱਖੇ ਔਰ ਆਡੀਅੰਸ ਐਕਸੈਪਟ ਕਰਦੀ ਰਹੇ। ਨਹੀਂ ਮੇਨ ਇਹੀ ਹੈ, ਤੁਸੀਂ ਪੁੱਛ ਰਹੇ ਸੀਗੇ ਕਿ ਆਰਟਿਸਟ ਇੱਥੇ ਵੀ ਹੈਗੇ ਆਪਣੇ,
ਬਟ ਸਾਡੀ ਸਟੋਰੀ ਦੀ ਗਾਈਡਲਾਈਨਸ ਇੱਦਾਂ ਦੀਆਂ ਸੀਗੀਆਂ ਕਿ ਸਾਨੂੰ ਰਿਕੁਆਇਰਮੈਂਟ ਸੀਗੀ ਕਿ ਅਸੀਂ ਮਤਲਬ ਰਿਐਲਿਟੀ ਇੱਕ ਮੈਸੇਜ ਪਹੁੰਚਾਈਏ ਕਿ ਰੀਅਲ ਲਾਈਫ ਦੇ ਵਿੱਚ ਵੀ ਇਹ ਜਿਹੜੀਆਂ ਬਾਉਂਡਰੀਜ਼ ਹੈ ਉਹ ਹਰ ਦਿਲ ਦੇ ਵਿੱਚ ਧੜਕ ਰਹੀ ਹੈ, ਧੜਕਣ ਹੈਗੀ ਹੈ ਕਿ ਅਸੀਂ ਇੰਟਰਕਾਸਟ ਮੈਰਿਜ ਜਾਂ ਤੁਸੀਂ ਆਊਟ ਆਫ ਕੰਟਰੀਜ਼ ਦੇ ਵਿੱਚ ਮੈਰਿਜ ਅਸੀਂ ਸੋਚਦੇ ਹਾਂ, ਬਟ ਲਿਮਿਟੇਸ਼ਨਸ ਇੱਦਾਂ ਦੀਆਂ ਹੈਗੀਆਂ ਕਿ ਜਿਹੜਾ UK ਵਰਗੀ ਕੰਟਰੀ ਹੈ ਜਿੱਥੇ ਉੱਥੇ ਇਹ ਬਾਉਂਡਰੀਜ਼ ਨਹੀਂ ਮਾਇਨੇ ਰੱਖਦੀਆਂ, ਅਤੇ ਦੈਟਸ ਦਾ ਰੀਜ਼ਨ ਕਿ ਸਟੋਰੀ ਦੀ ਰਿਕੁਆਇਰਮੈਂਟ ਇੱਦਾਂ ਦੀ ਸੀਗੀ ਕਿ ਅਸੀਂ ਉੱਥੇ ਸਾਰੇ ਗਏ ਐਂਡ ਜਿਹੜੇ ਐਕਟਰਸ ਅਸੀਂ ਚੂਜ਼ ਕੀਤੇ ਇੱਕ ਪਾਕਿਸਤਾਨ ਤੋਂ ਅਤੇ ਇੱਕ ਇੰਡੀਆ ਤੋਂ, ਅਤੇ ਐਜ਼ ਅ ਕੋਮੇਡੀ ਰੋਲ ਜਿਹੜਾ ਸੀਗਾ ਉਹ ਕਾਪਾ ਭਾਜੀ ਦਾ ਸੀਗਾ ਐਂਡ ਦੈਟ ਵਾਜ਼ ਅ ਬੈਸਟ ਮੂਮੈਂਟ ਸਾਰੀ ਫਿਲਮ ਦੇ ਵਿੱਚ, ਤੁਹਾਨੂੰ ਹਸਾਇਆ ਵੀ ਉਹਨਾਂ ਨੇ ਐਂਡ ਵਾਲੇ ਸੀਨ ਦੇ ਵਿੱਚ, ਉਹਨਾਂ ਨੇ ਕਾਪਾ ਭਾਜੀ ਦਾ ਜਿਹੜਾ ਲਾਸਟ ਪਾਰਟ ਸੀਗਾ ਉਹਦੇ ਵਿੱਚ ਉਹਨਾਂ ਨੇ ਰੁਲਾ ਵੀ ਦਿੱਤਾ, ਅਤੇ ਸਾਰੀ ਟੀਮ ਦਾ ਹਾਰਡਵਰਕ ਹੈ। ਦਾਦੂ ਜੀ ਅਸੀਂ ਸੈੱਟ 'ਤੇ ਅਸੀਂ ਸੀਗੇ ਇਕੱਠੇ ਸੀਗੇ ਜਦੋਂ ਜਾਂਦੇ ਹੁੰਦੇ ਸੀਗੇ, ਦ ਮੋਸਟ ਡੇਂਜਰਸ ਪਰਸਨ ਜਿਹੜੇ ਹੁੰਦੇ ਸੀਗੇ ਸਾਡੇ ਦਾਦੂ ਜੀ ਹੁੰਦੇ ਸੀਗੇ, ਅਸੀਂ ਉਹਨਾਂ ਨੂੰ ਪਿਆਰ ਨਾਲ ਦਾਦੂ ਕਹਿੰਦੇ ਹਾਂ, ਅਤੇ ਉਹਨਾਂ ਦਾ ਡਰ ਲੱਗਦਾ ਸੀ ਸਾਨੂੰ ਵੀ ਉਹਨਾਂ ਨੂੰ ਜੇ ਠੀਕ ਲੱਗੇਗਾ ਤਾਂ ਹੀ ਉਹ ਪਿਕਚਰਾਈਜੇਸ਼ਨ ਹੋਣੀ ਹੈ। ਕਈ ਸੀਨ ਤਾਂ ਇੱਦਾਂ ਦੇ ਸੀਗੇ ਕਿ ਉਹਨਾਂ ਨੇ 10-10 ਵਾਰੀ ਰਿਪੀਟ ਕਰਵਾਏ ਐਕਟਰਸ ਕੋਲੋਂ। ਸੋ ਦੈਟ ਵਾਜ਼ ਦਾ ਮੇਨ ਮੂਮੈਂਟ ਕਿ ਆਪਾਂ 8-9 ਮਹੀਨੇ ਦੀ ਜਿਹੜੀ ਜਰਨੀ ਹੁੰਦੀ ਉਹਨੂੰ ਯਾਦ ਰੱਖੀਏ, ਅਤੇ ਬਾਕੀ ਹੁਣ ਪਬਲਿਕ ਡਿਮਾਂਡ ਦੇ ਉੱਪਰ ਹੈ, ਤੁਸੀਂ ਸਾਰਿਆਂ ਨੇ ਇੰਨਾ ਪਿਆਰ ਦਿੱਤਾ, ਤੁਸੀਂ ਪਿਆਰ ਦੇ ਵੀ ਰਹੇ ਹੋ, ਅਤੇ ਹੁਣ ਘਰ ਘਰ ਜਦੋਂ ਮੈਸੇਜ ਆਏਗਾ ਤਾਂ ਹੋਪਫੁਲੀ ਦੈਟਸ ਅ ਟਰੂ ਲਵ ਸਟੋਰੀ ਇੱਕ ਤਰ੍ਹਾਂ, ਤੁਸੀਂ ਇੱਕ ਵਾਰੀ ਦੇਖੋਗੇ ਤੁਹਾਨੂੰ ਅੱਛਾ ਲੱਗੇਗਾ। ਅਖੀਰ ਦੇ ਵਿੱਚ ਨਾ ਮੈਂ ਰਿਵਿਊਜ਼ ਲੈਣੇ, ਮੈਂ ਸਮਝਾ ਵੀ ਗੁਰੂ ਤੁਹਾਡੇ ਨਾਲ ਜੀ, ਮੈਂ ਪੁੱਛਿਆ ਕਿ ਇੱਦਾਂ ਦੀਆਂ ਫਿਲਮਾਂ ਹੋਰ ਬਣਨੀਆਂ ਚਾਹੀਦੀਆਂ ਤਾਂ ਆਡੀਅੰਸ ਵੱਲੋਂ ਹਰੀ ਝੰਡੀ ਆ ਨਾ, ਮੈਂ ਸ਼ੇਅਰ ਕਰਵਾ ਰਹੀ ਤੁਹਾਡੇ ਲਈ। ਫਿਲਮ ਕਿਉਂ ਨਹੀਂ ਬਣਨੀਆਂ ਚਾਹੀਦੀਆਂ ਸਵਾਲ ਇਹ ਹੋਣਾ ਚਾਹੀਦਾ, ਮੈਨੂੰ ਲੱਗਦਾ ਇਹ ਮੀਨਿੰਗਫੁਲ ਫਿਲਮਾਂ ਹੀ ਬਣਨੀਆਂ ਚਾਹੀਦੀਆਂ। ਜਦੋਂ ਤੁਸੀਂ ਮੀਨਿੰਗਫੁਲ ਫਿਲਮਾਂ ਬਣਾਉਂਦੇ ਹੋ ਕਿਤੇ ਨਾ ਕਿਤੇ ਦੇਖੋ ਆਰਟਿਸਟ ਹੋਣ ਜਾਂ ਅਸੀਂ ਐਜ਼ ਅ ਪ੍ਰੋਡਿਊਸਰ ਜ਼ਿਆਦਾਤਰ ਪਰਦੇ ਦੇ ਪਿੱਛੇ ਹੁੰਦੇ ਹਾਂ, ਪਰ ਆਰਟਿਸਟ ਦਾ ਵੀ ਰੋਲ ਹੈ, ਆਰਟਿਸਟ ਨੂੰ ਸੁਣ ਕੇ ਬੰਦਾ ਰਿਐਕਟ ਕਰਦਾ, ਉਹ ਜੋ ਵੀ ਉਹ ਐਕਸ਼ਨ ਕਰਦੇ ਨੇ ਉਹ ਉਹਨਾਂ ਦੀ ਡੇਲੀ ਲਾਈਫ ਦੇ ਵਿੱਚ ਉਹ ਚੀਜ਼ ਚੇਂਜਸ ਲੈ ਕੇ ਆਉਂਦੀ ਹੈ। ਔਰ ਹੋਰ ਮੈਂ ਚੀਜ਼ ਇੱਕ ਐਡ ਕਰਨਾ ਚਾਹੁੰਦਾ, ਅਸੀਂ ਹਰ ਥਾਂ ਦੇ ਇੱਕ ਸਰਕੂਲਰ ਸੋਚ ਦੇ ਨਾਲ ਚੱਲਦੇ, ਸਾਡੇ ਨਾਲ ਤੁਸੀਂ ਵੇਖ ਰਹੇ ਹੋ ਫੀਮੇਲਸ ਵੀ ਨੇ, ਉਹ ਵੀ ਐਕਟਿਵਲੀ ਹੀ ਪ੍ਰੋਡਕਸ਼ਨ ਦਾ ਹਿੱਸਾ ਨੇ, ਇਹ ਮੇਲ ਡੋਮੀਨੇਸ਼ਨ ਕਿਤੇ ਨਹੀਂ ਰੱਖਣੀ। ਉਹੀ ਸਾਡਾ ਇੱਕ ਹੋਰ ਵੀ ਹੁੰਦਾ ਕਿ ਜਦੋਂ ਅਸੀਂ ਟੀਮ ਪ੍ਰੈਜੈਂਟ ਕਰਦੇ ਹਾਂ ਐਜ਼ ਐਨ ਫੈਮਲੀ ਕਰਦੇ ਹਾਂ, ਪਰ ਉਹਦੇ 'ਚ ਤੁਹਾਨੂੰ ਜੈਂਡਰ ਇਕੁਆਲਿਟੀ ਵੀ ਦੇਖਣ ਨੂੰ ਮਿਲੇਗੀ ਕਿ ਦੇ ਆਰ ਆਲਸੋ ਪਾਰਟ ਆਫ ਦੀ ਡਿਸੀਜਨ ਪੈਨਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ। ਇਹ ਨਹੀਂ ਹੈ ਕਿ ਅਸੀਂ ਸਟਾਰਟਿੰਗ ਦੇ ਵਿੱਚ ਅਸੀਂ ਸਿਲੈਕਟ ਕਰ ਰਹੇ ਹਾਂ ਸਾਰਾ ਕੁਝ, ਬਟ ਸ਼ੂਟਿੰਗ ਵੀ ਡਿਸਾਈਡ ਜਿਹੜਾ ਵੀ ਅਸੀਂ ਕਰਦੇ ਹਾਂ ਐਜ਼ ਅ ਟੀਮ ਵਰਕ ਕਰਦੇ ਹੈਗੇ ਐਂਡ ਹੋਪਫੁਲੀ ਤਾਂ ਹੀ ਕਰਕੇ ਸਾਨੂੰ ਵੀ ਲੱਗਦਾ ਕੁਝ ਗਲਤੀਆਂ ਅਸੀਂ ਪਹਿਲਾਂ ਹੀ ਕੱਢ ਲਈ ਦੀਆਂ ਕਿ ਤਾਂ ਕਿ ਜਦੋਂ ਪਬਲਿਕ ਤੱਕ ਉਹ ਚੀਜ਼ ਪਹੁੰਚੇ ਅਤੇ ਉਹ ਪ੍ਰੋਪਰ ਵੇ ਨਾਲ ਪਹੁੰਚੇ ਅਤੇ 100 ਨਾ ਸੀ ਐਟਲੀਸਟ 90% ਪੁਆਇੰਟ ਤਾਂ ਮਿਲੀ ਜਾਵੇ। ਲਵ ਸਟੋਰੀ ਤੋਂ ਬਿਨਾਂ ਫਿਰ ਲਵ ਤੋਂ ਬਿਨਾਂ ਤਾਂ ਸਟੋਰੀ ਬਣਨੀ ਨਹੀਂ ਨਾ, ਤਾਂ ਸਾਡੇ ਸਾਰਿਆਂ ਕੋਲ ਲਵ ਆਪਣਾ ਆਪਣਾ ਹੈਗਾ। ਥੈਂਕ ਯੂ, ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ, ਥੈਂਕ ਯੂ।